सत श्री अकाल जी। ब्याह शादियों का सीजन आने वाला है और उत्थे जिहड़ा मेन हीरो हुंदा उहदा दुल्हा, दुल्हे दे पाई हुंदी है बहुत सोहनी शेरवानी ते बन्नी हुंदी है बहुत सोहनी जी पग। जी हाँ दोस्तों, ये शेरवानियाँ सोहनिया सोहनिया कितों मिलदियां ने ते दस्तारा कितें सजाइया जांदियां ने, इस दी ज़्यादा जानकारी लई अज मैं विजिट करन लई पहुंचा अबोहर शहर के 12-13 नंबर गली के 3 चौंक ते बने हुए शेरवानी हब एंड राजस्थानी पगड़ी हाउस। जी हाँ दोस्तों, बिल्कुल अमर टेलर के नेड़े। आओ देखते हैं की इतने खास तुहाडे लई। दोस्तों हुण मैं तुहानूं मिलवाण जा रहा शेरवानी हब दे ओनर सरदार मनजोत सिंह दे नाल। सति श्री अकाल भाजी। सति श्री अकाल भाजी। मनजोत जी, सब तो पहला तो सानूं इह दस्सो, मैं पगड़ियां देखियां ते बहुत सोहणियां सोहणियां तुसीं बन के रखियां वी होईयां ने। हांजी हांजी। ते दुल्हे दी पगड़ी कोई खास हुंदी है? हांजी, दुल्हे दी पगड़ी आपां जोधपुरी पगड़ी बोलदे आं, जो तुसीं बन्नियां देखियां। पहलां ज़्यादा कैप चलदी सी, टोपी जिन्ना कह सकदे आं जी। बाकी आपां इह ट्रेडिशन ਜਿਹੜਾ ਆਪਾਂ ਇੱਥੇ ਲੈ ਕੇ ਆਏ, ਰਾਜਸਥਾਨੀ ਪਗੜੀ, ਜੋਧਪੁਰੀ ਪਗੜੀ, ਮਾਰਵਾੜੀ ਜੀ, ਕੁਛ ਵੀ ਆਪਾਂ ਬੋਲ ਸਕਦੇ ਹਾਂ ਜੋ ਤੁਸੀਂ ਬੰਨੀਆਂ ਦੇਖੀਆਂ ਆਪਾਂ ਇਹ ਵਾਰੀ ਬੰਨਦੇ ਹਾਂ ਜੀ। ਇਹਨਾਂ ਦੇ ਨਾਲ ਨਾਲ ਅੱਜ ਕੱਲ੍ਹ ਮੈਂ ਦੇਖਿਆ ਬਰਾਤੀਆਂ ਦੇ ਵੀ ਪਗੜੀਆਂ ਬੰਨੀਆਂ ਹੁੰਦੀਆਂ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਬਰਾਤੀਆਂ ਦੇ ਜਿੱਦਾਂ ਤੁਸੀਂ ਦੇਖਦੇ ਹੋ 50-100 ਹੈ ਨਾ, ਸਾਰੀ ਬਰਾਤ ਦੇ ਬੰਨੀਆਂ ਹੁੰਦੀਆਂ, ਕਲਰਫੁੱਲ। ਉਹ ਇੱਕੋ ਨਾਲ ਦੇ ਹੀ ਲੱਗਦੇ ਨੇ ਸਾਰੇ, ਬੜਾ ਅੱਛਾ ਲੱਗਦਾ ਹੈ ਨਾ, ਅੱਛਾ ਲੱਗਦਾ, ਟ੍ਰੈਡੀਸ਼ਨਲ ਲੱਗਦਾ ਹੈ। ਹਾਂਜੀ ਹਾਂਜੀ। ਤਾਂ ਮਨਜੋਤ ਜੀ, ਮੈਂ ਗੱਲ ਕਰਨਾ ਚਾਹਾਂਗਾ, ਪਗੜੀਆਂ ਤੁਸੀਂ ਕਾਫੀ ਟਾਈਮ ਤੋਂ ਬੰਨਦੇ ਆ ਰਹੇ ਹੋ ਜੀ ਭਾਜੀ ਜੀ, ਤੇ ਇਹ ਨਵਾਂ ਆਊਟਲੈਟ ਤੁਸੀਂ ਓਪਨ ਕੀਤਾ ਸ਼ੇਰਵਾਨੀ ਹੱਬ, ਇਹਦਾ ਆਈਡੀਆ ਕਿੱਥੋਂ ਆਇਆ? ਬਸ ਭਾਜੀ, ਇਹ ਕਸਟਮਰ ਨੇ ਦਿੱਤਾ। ਅੱਛਾ। ਹਾਂਜੀ। ਐਵੇਂ ਕਿਵੇਂ? ਡਿਮਾਂਡ ਆਉਂਦੀ ਸੀ ਵੀ ਤੁਸੀਂ ਕਰੋ, ਸਾਰਾ ਕਰੋ ਵੀ ਸਾਨੂੰ ਇੱਕ ਥਾਂ ਤੇ ਸਾਰਾ ਕੁਝ ਅਵੇਲੇਬਲ ਹੋ ਜੇ, ਸ਼ੇਰਵਾਨੀ ਦੁਪੱਟਾ ਏ ਟੂ ਜ਼ੈਡ ਜੋ ਵੀ ਠੀਕ ਹੈ ਆਪਾਂ ਨੂੰ, ਜੋ ਵੈਡਿੰਗ ਤੇ ਚਾਹੀਦਾ ਸਮਾਨ। ਸੋ ਇਹ ਕਸਟਮਰ ਨੇ ਆਈਡੀਆ ਆਪਾਂ ਨੂੰ ਦਿੱਤਾ। ਠੀਕ ਹੈ। ਸੋ ਆਪਾਂ ਕੀਤਾ। ਠੀਕ ਹੈ ਮਨਜੋਤ ਜੀ, ਮੈਂ ਇੱਕ ਸ਼ੇਰਵਾਨੀ ਦੇਖਣਾ ਚਾਹਾਂਗਾ। ਵਧੀਆ, ਦੇਖੋ ਜੀ, ਦੇਖੋ। ਠੀਕ। ਚਲੋ ਜੀ, ਪਗੜੀ ਦੀ ਗੱਲ ਤਾਂ ਹੋ ਗਈ, ਹੁਣ ਆਪਾਂ ਸ਼ੇਰਵਾਨੀਆਂ ਦੀ ਜ਼ਿਆਦਾ ਜਾਣਕਾਰੀ ਲਈ ਮਿਲਣ ਜਾ ਰਹੇ ਹਾਂ ਮਨਜੋਤ ਜੀ ਦੇ ਵੱਡੇ ਬ੍ਰਦਰ ਸਰਦਾਰ ਸੁਖਵਿੰਦਰ ਸਿੰਘ ਜੀ ਨਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰੇ। ਸਭ ਤੋਂ ਪਹਿਲਾਂ ਸ਼ੇਰਵਾਨੀ ਦਿਖਾਓ ਕੋਈ ਸੋਹਣੀ ਜੀ, ਵਧੀਆ ਜੀ। ਸ਼ੇਰਵਾਨੀ ਆਪਣੇ ਕੋਲ ਜੀ ਆਹ ਵਾਲੀ ਹੁੰਦੀ ਹੈ ਜੀ, ਇਹ ਬਹੁਤ ਟ੍ਰੈਂਡਿੰਗ 'ਚ ਚੱਲ ਰਹੀ ਹੈ ਇਸ ਟਾਈਮ। ਓਕੇ, ਕਿਹੜੀ ਸ਼ੇਰਵਾਨੀ ਹੈ ਜੀ ਇਹ? ਰਜਵਾੜਾ ਸਟਾਈਲ ਆ ਜਾਂਦੀ ਹੈ ਜੀ। ਰਜਵਾੜਾ ਸਟਾਈਲ, ਕੀ ਬਾਤ ਹੈ, ਰਾਜੇ ਮਹਾਰਾਜੇ ਜਿਹੜੀ ਪਾਉਂਦੇ ਸ਼ੇਰਵਾਨੀ, ਕੀ ਬਾਤ ਹੈ। ਇਹਦੇ ਉੱਪਰ ਜਦੋਂ ਰਾਜਸਥਾਨੀ ਪਗੜੀ ਆ ਜਾਂਦੀ ਹੈ ਜੀ, ਓਕੇ, ਉਸ ਤੋਂ ਬਾਅਦ ਤਾਂ ਮਹਾਰਾਜਾ ਲੁੱਕ ਹੀ ਬਣ ਜਾਂਦਾ। ਲਓ ਜੀ, ਫਿਰ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਤੇ ਕਿਰਪਾਨ ਜਦੋਂ ਆਪਣੇ ਕੋਲ ਸਾਰੀ ਅਸੈਸਰੀ ਆ ਗਈ ਜੀ, ਓਕੇ, ਕਿਰਪਾਨ ਵੀ ਆ ਗਈ, ਕਿਰਪਾਨ ਦੀ ਲੁੱਕ ਦੇਖੋ ਤੁਸੀਂ ਸਾਰੀ ਮਹਾਰਾਜਾ ਜੀ। ਪਹਿ ਦੇਖਾਂਗੇ ਬਿਲਕੁਲ, ਪਹਿਲਾਂ ਮੈਨੂੰ ਇੱਕ ਸ਼ੇਰਵਾਨੀ ਹੋਰ ਦਿਖਾ ਦਿਓ ਸੋਹਣੀ ਜੀ। ਕੋਈ ਆਪਣੇ ਕੋਲ ਆ ਜਾਂਦੀ ਹੈ ਜੀ ਵਾਈਟ, ਵਾਈਟ ਆ ਗਈ, ਇਹ ਲਖਨਵੀ ਹੈ ਜੀ। ਇਹ ਲਖਨਵੀ ਹੈ? ਹਾਂਜੀ, ਠੀਕ ਹੈ, ਲਖਨਊ ਕੇ ਬਾਬੂ ਹੈ। ਹਾਂਜੀ ਹਾਂਜੀ। ਸੁਖਵਿੰਦਰ ਵੀਰੇ, ਅਗਰ ਆਪਾਂ ਗੱਲ ਕਰੀਏ ਤਾਂ ਸ਼ੇਰਵਾਨੀ ਦੇ ਰੈਂਟ ਕਿੰਨੇ ਕੁ ਹੁੰਦੇ ਨੇ? ਆਪਣੇ ਕੋਲ ਲਗਭਗ 2500 ਤੋਂ ਸਟਾਰਟ ਹੋ ਕੇ 4000, 5000, 8000, ਉਸ ਤੋਂ ਉੱਪਰ ਜਿੰਨਾ ਮਰਜ਼ੀ ਜਾਈ ਜੋ। ਤੇ ਤੁਸੀਂ ਇੱਕ ਵਾਰੀ ਜ਼ਰੂਰ ਆਓ ਇੱਥੇ ਸਾਡੇ ਕੋਲ, ਆ ਕੇ ਸ਼ੇਰਵਾਨੀਆਂ ਦੇਖੋ। ਵਾਹ ਜੀ ਵਾਹ, ਬਹੁਤ ਵਧੀਆ ਲੱਗੂਗਾ। ਵਾਹ ਜੀ ਵਾਹ, ਸੁਖਵਿੰਦਰ ਵੀਰੇ ਨੇ ਤਾਂ ਆਪਣੇ ਆਪ ਹੀ ਕਹਿਤਾ। ਮੈਂ ਗੱਲ ਕਹਿਣੀ ਸੀ, ਲਓ ਜੀ ਮੈਂ ਵੀ ਇੱਥੇ ਪਹੁੰਚਿਆ, ਮੈਂ ਵਿਜ਼ਿਟ ਕੀਤਾ ਅੱਜ ਸ਼ੇਰਵਾਨੀ ਹੱਬ ਅਬੋਹਰ ਸ਼ਹਿਰ ਦੇ ਸਰਕੂਲਰ ਰੋਡ 'ਤੇ 12-13 ਨੰਬਰ ਗਲੀ ਦੇ 3 ਚੌਂਕ 'ਤੇ, ਅਮਰ ਟੇਲਰ ਦੇ ਨੇੜੇ ਬਣਿਆ ਹੋਇਆ, ਤਾਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ। ਥੈਂਕ ਯੂ ਵੈਰੀ ਮੱਚ।